ਕਰਦੇ ਬਾਹਰ ਤੇ ਤੁਹਾਨੂੰ ਦੱਸਿਆ ਸੀ ਕਿ ਜਿਸ ਤਰੀਕੇ ਦੇ ਨਾਲ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਮੇਜਰ ਫੈਕਟਰ ਨੇ ਉਹ ਕੰਮ ਕਰਨਗੇ ਖੁਸ਼ਵੰਤ ਸਿੰਘ ਸਾਡੇ ਸੀਨੀਅਰ ਪੱਤਰਕਾਰ ਨੇ ਜਿਨ੍ਹਾਂ ਨੇ ਕੱਲੀ-ਕੱਲੀ ਡਿਟੇਲ ਹੈ ਜਿਹੜੀ ਉਹ ਸਾਡੇ ਤੱਕ ਪਹੁੰਚਤੀ ਕੀਤੀ ਹੈ ਨਾਲ ਦੀ ਨਾਲ ਤੁਹਾਨੂੰ ਅਪਡੇਟ ਦੇ ਦਈਏ ਕਿ ਭੁਪਿੰਦਰ ਗੁੱਡਾ ਦੇ ਕਰਦੇ ਬਾਹਰ ਤੇ ਤੁਹਾਨੂੰ ਦੱਸਿਆ ਸੀ ਕਿ ਜਿਸ ਤਰੀਕੇ ਦੇ ਨਾਲ ਉੱਥੇ ਲੱਟੂ ਬੰਡੇ ਜਾ ਰਹੇ ਆ ਦਿੱਲੀ ਦੇ ਵਿੱਚ ਪਟਾਕੇ ਚਲਾਏ ਜਾ ਰਹੇ ਨੇ ਇਸ ਤਰੀਕੇ ਦੀ ਜਿਹੜੀ ਸਿਚੁਏਸ਼ਨ ਆ ਉਹ ਬਣ ਚੁੱਕੀ ਹੈ ਹਾਲਾਂਕਿ ਕਾਂਗਰਸ ਬੜੀ ਕੌਨਫੀਡੈਂਟ ਆ ਜਿਹੜੀ ਉਹ ਦਿਖਾਈ ਦੇ ਰਹੀ ਹੈ ਫਿਲਹਾਲ ਦੇ ਲਈ ਤੁਹਾਡੇ ਨਾਲ ਜਾਣਕਾਰੀ ਦੇ ਦਈਏ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਸ਼ੇਰਨਗਰ ਭੇਜ ਦਿੱਤਾ ਗਿਆ ਹੈ ਕਾਂਗਰਸ ਹਾਈ ਕਮਾਂਡ ਨੇ ਫੋਨ ਕੀਤਾ ਕਿ ਚੰਨੀ ਸਾਹਿਬ ਤੁਹਾਨੂੰ ਉੱਥੇ ਜਾਣਾ ਪਏਗਾ ਤਾਂ ਚੰਨੀ ਦੇ ਨਾਮ ਦੀ ਨਾਲ ਮੁਕੇਸ਼ ਅਗਨੀ ਹੋਤਰੀ ਹੋ ਸ਼ਿਰਨਗਰ ਆਸਤੇ ਰਵਾਨਾ ਹੋ ਚੁੱਕਿਆ ਉੱਥੇ ਪਹੁੰਚਣਗੇ ਉੱਥੇ ਜਾ ਕੇ ਕੀ ਉਹਨਾਂ ਦਾ ਜਿਹੜਾ ਉੱਥੇ ਉੱਥੇ ਉਹਨਾਂ ਨੇ ਕੀ ਕਰਨਾ ਏ ਮੁੱਖ ਤੌਰ ਦੇ ਤੇ ਕਿਹੜੇ ਕੰਮ ਆਸਤੇ ਉਹਨਾਂ ਨੂੰ ਭੇਜਿਆ ਕਿਹੜੀ ਚੀਜ਼ ਆਸਤੇ ਭੇਜਿਆ ਉਹਦਾ ਖਲਾਸਾ ਵੀ ਮੈਸ ਕੋਈ ਜੀ ਸਮੇਂ ਦੇ ਵਿੱਚ ਹੋ ਜਾਣਾ ਤੇ ਨਾਲ ਦੀ ਨਾਲ ਦੱਸਦੀ ਹੈ ਕਿ ਇਹ ਜਿਹੜੀ ਹਲਚਲ ਹੋਈ ਹੈ ਨਤੀਜਿਆਂ ਦੇ ਵਿਚਾਲੇ ਕਾਂਗਰਸ ਕੰਫੀਡੈਂਟ ਦਿਖਾਈ ਦੇ ਰਹੀ ਹੈ ਕਿਉਂਕਿ ਕਾਂਗਰਸ ਨੇ ਕਹਿ ਦਿੱਤਾ ਹੈ ਇਸ ਵੇਲੇ ਪਵਨ ਖੇੜਾ ਹੁੜਾ ਨੇ ਵੀ ਆਖ ਦਿੱਤਾ ਖੇੜਾ ਸਾਹਿਬ ਕਹਿੰਦੇ ਨੇ ਕਿ ਅਸੀਂ ਜਿਹੜੀਆਂ ਇਥੇ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰਾਂਗੇ ਪਵਨ ਖੇੜਾ ਨੇ ਕੀ ਕੁਝ kiya hai ਇੱਕ ਵਾਰੀ ਉਹ ਜਿਹੜਾ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕਰਾਂਗੇ ਤੇ ਮੈਂ ਸਾਡੀ ਟੀਮ ਨੂੰ ਕਹੂੰਗਾ ਕਿ ਇੱਕ ਬਾਰ ਪਵਨ ਖੇੜਾ ਨੇ ਕੀ kiya hai ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਇੰਤਜ਼ਾਰ ਕੀਜੀਏ ਪੂਰਾ ਭਰੋਸਾ ਹੈ ਕਿ ਅੱਜ ਦਿਨ ਭਰ ਲੱਡੂ ਵੀ ਔਰ ਜਲੇਬੀ ਵੀ ਖਾਣੇ ਨੂੰ ਮਿਲੇਗੀ ਮੋਦੀ ਜੀ ਕੋ ਵੀ ਜਲੇਬੀ ਭੇਜਨੇ ਵਾਲੇ ਹੈ और नायब सिंह उनको भी जलेबी भेजनी भेज देंगे बिल्कुल पूरा भरोसा है जम्मू कश्मीर हरियाणा हम पूरे बहुमत से सरकार बनाने जा रहे हैं इंतजार कीजिए पूरा भरोसा है कि आज दिन भर लड्डू भी और जलेबी भी, भी खाने को मिलेगी मोदी जी को भी जलेबी भेजने वाले और नायब सिंह उनको भी जलेबी भेजनी जले भेज देंगे, देंगे? बिल्कुल पूरा भरोसा है जम्मू कश्मीर हरियाणा हम पूरे बहुमत से सरकार बनाने जा रहे हैं ਸੋ ਪਵਨ ਖੇੜਾ ਕੰਫੀਡੈਂਟ ਦਿਖਾਈ ਦੇ ਰਹੇ ਨੇ ਪੂਰੀ ਕਾਂਗਰਸ ਜਿਹੜੀ ਇਸ ਵੇਲੇ ਅੱਡੀਆਂ ਦੇ ਪਾਰ ਹੋਈ ਪਈ ਐ ਕਾਂਗਰਸ ਕੇ ਪੱਬਾਂ ਦੇ ਪਾਰ ਹੋਈ ਪਈ ਐ ਅੱਡੀਆਂ ਦੇ ਨਹੀਂ ਕਾਂਗਰਸ ਕਹਿੰਦੀ ਐ ਕਿ ਅਸੀਂ ਜਿੱਤਾਂ ਜਿਹੜੀ ਉਹ ਦਰਜ ਕਰ ਲੈਣੀ ਐ ਜਲੇਬੀਆਂ ਦਾ ਬੜਾ ਰੌਲਾ ਪਿਆ ਸੀ ਰਾਹੁਲ ਗਾਂਧੀ ਕਹਿੰਦੇ ਇੱਥੋਂ ਦੀਆਂ ਫੈਕਟਰੀਆਂ ਦੇ ਵਿੱਚੋਂ ਜਲੇਬੀਆਂ ਤਿਆਰ ਕਰਕੇ ਵਿਦੇਸ਼ਾਂ ਤੱਕ ਪਹੁੰਚਾਵਾਂਗੇ ਤਾਂ ਫਿਰ ਭਾਰਤੀ ਜਨਤਾ ਪਾਰਟੀ ਨੇ ਚੁਟਕੀ ਲਈ ਉਹ ਕਹਿੰਦੇ ਜੀ ਸਾਨੂੰ ਦੱਸੋ ਕਿਹੜੀ ਫੈਕਟਰੀ ਐ ਜਿਹੜੀ ਜਲੇਬੀਆਂ ਤਿਆਰ ਕਰਦੀ ਐ ਕਹਿੰਦੇ ਜਲੇਬੀਆਂ ਤਾਂ ਹਲਵਾਈਆਂ ਦੀਆਂ ਦੁਕਾਨਾਂ ਤੇ ਤਿਆਰ ਹੁੰਦੀਆਂ ਤਾਂ ਫਿਰ ਅਮਰੀਕਾ ਵਰਤਕ ਸੀ ਉਹਨਾਂ ਦੇ ਵੱਲੋਂ ਉੱਥੇ ਇੱਕ ਵੱਡੇ ਸਟੋਰ ਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਆ ਦੇਖੋ ਜੀ ਕਾਂਗਰਸ ਜਿਹੜੀ ਗੱਲ ਕਰ ਰਹੀ ਸੀ ਫੈਕਟਰੀਆਂ ਚ ਜਲੇਬੀ ਦੀ ਉਹ ਆ ਪਗਿਆਰੇ ਜਲੇਬੀਆਂ ਬਕਸੇ ਦੇ ਵਿੱਚ ਬੰਦ ਉੱਥੇ ਜਲੇਬੀਆਂ ਸੀ ਜਲੇਬੀ ਦੀ ਸਿਆਸਤ ਬੜੀ ਹੋਈ ਪਵਨ ਖੇੜਾ ਨੇ ਆਖ ਦਿੱਤਾ ਕਿ ਜਲੇਬੀਆਂ ਜਿਹੜੀ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਭੇਜਾਂਗੇ ਤੇ ਨਾਲ ਦੀ ਨਾਲ ਸੀਐਮ ਨੈਤ ਸੈਣੀ ਹੋਰਾਂ ਨੂੰ ਵੀ ਅਸੀਂ ਜਲੇਬੀਆਂ ਜਿਹੜੀ ਉਹ ਭੇਜ ਦੇਵਾਂਗੇ ਕਹਿੰਦੇ ਸਾਰਾ ਦਿਨ ਲੱਡੂ ਵੀ ਪੰਡੇ ਜਾਣਗੇ ਤੇ ਜਲੇਬੀਆਂ ਵੀ ਛਕਿਆਂ ਜਾਣਗੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬੜੇ ਕੰਫੀਡੈਂਸ ਦੇ ਨਾਲੇ ਜਿਹੜਾ ਆ ਗੱਲ ਆਕੀ ਗਈ ਹੈ ਹਰਿਆ ਆਮੜੇ ਆ ਚੁੱਕੇ ਐ ਕਾਂਗਰਸ 56 ਦੇ ਉੱਤੇ ਅੱਗੇ ਚੱਲ ਰਹੀ ਹੈ ਫਿਲਹਾਲ ਦੇ ਲਈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਤਾਜ਼ਾ ਅਪਡੇਟ ਹੈ ਉੱਥੇ ਹੀ ਸੀਟਾਂ ਦੇ ਉੱਤੇ ਅੱਗੇ ਚੱਲ ਰਹੀ ਹੈ ਐਨਐਲਓ ਤਿੰਨ ਦੇ ਉੱਤੇ ਅੱਗੇ ਚੱਲ ਰਹੀ ਹੈ ਤੇ ਹੋਰਾਂ ਨੂੰ 8 ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਦਾ ਜਾਦੂ ਇੱਥੇ ਬਿਲਕੁਲ ਵੀ ਨਹੀਂ ਚੱਲਿਆ ਬਥੇਰਾ ਉਹਨਾਂ ਦੇ ਵੱਲੋਂ ਜ਼ੋਰ ਲਗਾਇਆ ਗਿਆ ਕਿ ਪੰਜਾਬ ਤੇ ਦਿੱਲੀ ਚ ਅਸੀਂ ਇਹ ਇਹ ਕੰਮ ਕੀਤੇ ਨੇ ਤੇ ਸਾਨੂੰ ਹਰਿਆਣੇ ਦੇ ਵਿੱਚ ਵੀ ਮੌਕਾ ਦੇ ਦਿਓ ਪਰ ਹਰਿਆਣੇ ਦੇ ਲੋਕਾਂ ਨੇ ਫਿਲਹਾਲ ਦੇ ਲਈ ਰੁਝਾਨਾਂ ਦੇ ਹਿਸਾਬ ਦੇ ਨਾਲ ਤਾਂ ਨਕਾਰ ਦਿੱਤਾ ਬਾਕੀ ਨਤੀਜੇ ਆਪਣੇ ਆਪ ਹੀ ਸਭ ਕੁਝ ਬਿਆਨ ਕਰ ਦੇਣਗੇ